ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ترਸੇਮ ਸਿੰਘ ਮਠਾੜੂ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸੋਭਾ ਦੀਆਂ ਤਾਜ਼ਾ ਤਰੀਨ ਖਬਰਾਂ ਖਬਰਾਂ ਸਾਰੀਆਂ ਧਿਆਨ ਨਾਲ ਸੁਣਨ ਵਾਲੀਆਂ ਨੇ ਇਸ ਲਈ ਸਾਰੀਆਂ ਖਬਰਾਂ ਨੂੰ ਧਿਆਨ ਨਾਲ ਸੁੰਨਣਾ ਤੇ ਵਰਤਵਾਦ ਸ਼ੇਅਰ ਜ਼ਰੂਰ ਕਰਨਾ ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲ ਇੱਕ ਵਾਰੀ ਨਿੱਕੀ ਜੀ ਨਜ਼ਰ ਮਾਰ ਲੈਨੇ ਆ ਝੋਣਵੀਆਂ ਖਬਰਾਂ ਤੇ ਪਹਿਲੀ ਝੋੜਵੀਂ ਖਬਰ ਹੈ ਕਿ ਪੰਜਾਬ ਵਿੱਚ ਖਾਲਸਾ ਧੰਦਾਬਾਦ ਫੋਰਸ ਨੂੰ ਦੁਬਾਰਾ ਤਿਆਰ ਕਰਨ ਲਈ ਆਈਐਸਆਈ ਲੈ ਰਹੀ ਹੈ ਲਖਬੀਰ ਸਿੰਘ ਰੋਡੇ ਦੀ ਮਦਦ ਨਾਲ ਪੀਪੀਐਸਬੀ ਨੇ ਪਟਵਾਰੀ ਜ਼ਿਲ੍ਹਾਦਾਰਾਂ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਇੱਥੇ ਜਾਣੋ ਕਿਵੇਂ ਕਰੀਏ ਚੈੱਕ 2025 ਤੱਕ ਪੂਰੇ ਦੇਸ਼ ਵਿੱਚ ਲੱਗਣਗੇ ਪ੍ਰੀਪੇਡ ਸਮਾਰਟ ਮੀਟਰ ਬਦਲ ਜਾਵੇਗਾ ਬਿਜਲੀ ਬਿੱਲ ਦੇ ਭੁਗਤਾਨ ਦਾ ਤਰੀਕਾ ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ ਦੇ ਸਕੂਲਾਂ 'ਚ ਸਿੱਖ ਬੱਚਿਆਂ ਦੇ ਕਿਰਪਾਨ ਪੌਂਦੇ ਲੱਗੀ ਰੋਕ ਹਟਾਉਣ ਦਾ ਸਵਾਗਤ ਵਿਧਾਇਕ ਕੁਲਦੀਪ ਸਿੰਘ ਵੈਦਵਾਲੋ 2964 ਬੇਜਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ 3.47 ਕਰੋੜ ਦੇ ਕਰਜ਼ਾ ਮੁਆਫੀ ਸਰਟੀਫਿਕੇਟ ਵੰਡੇ ਭਾਰਤੀ ਫੌਜੀ ਜਹਾਜ਼ ਅਫਗਾਨਿਸਤਾਨ ਤੋਂ 250 ਵਿਅਕਤੀ ਲੈ ਕੇ ਅੱਜ ਪਹੁੰਚੇਗਾ ਭਾਰਤ ਸਰਕਾਰੀ ਕਾਗਜ਼ਾਤ ਵਿੱਚ ਦਾਖਲੇ ਦੇ ਇਸ਼ਕ ਵਿਦਿਆਰਥੀਆਂ ਲਈ ਖੁਸ਼ਖਬਰੀ ਪੰਜਾਬ ਸਰਕਾਰ ਨੇ ਦਿੱਤੀ ਇਹ ਰਾਹਤ ਦੇਸ਼ ਵਿੱਚ 24 ਘੰਟਿਆਂ ਵਿੱਚ 34000 ਨਵੇਂ ਕੇਸ ਆਏ ਸਾਹਮਣੇ 375 ਮਰੀਜ਼ਾਂ ਦੀ ਹੋਈ ਮੌਤ ਕਿਸਾਨਾਂ ਵੱਲੋਂ ਪੂਰੇ ਪੰਜਾਬ ਵਿੱਚ ਚੱਕਾ ਜਾਮ ਕਰਨ ਦੀ ਚੇਤਾਵਨੀ ਸਰਕਾਰ ਨੇ ਦਿੱਤਾ ਗੱਲਬਾਤ ਦਾ ਸੱਦਾ ਪੰਜਾਬ ਸਰਕਾਰ ਵੱਲੋਂ ਸ਼ਹੀਦ ਲਾਪ੍ਰੀਤ ਸਿੰਘ ਦੇ ਪਰਿਵਾਰ ਲਈ 50 ਲੱਖ ਐਕਸ ਗ੍ਰੇਸ਼ੀਅਤ ਦਾ ਐਲਾਨ ਗੋਤਮ ਅਡਾਨੀ ਨੂੰ ਲੱਗਿਆ ਝਟਕਾ ਸੀਬੀ ਨੇ ਅਡਾਨੀ ਦੀ ਇਸ ਕੰਪਨੀ ਦੇ ਆਈਪੀਓ ਤੇ ਲਗਾਈ پابੰਦੀ ਜਾਣ ਕੀ ਹੈ ਕਾਰਨ ਦੋਰਪਈ ਤੱਕ ਸਸਤਾ ਹੋ ਸਕਦਾ ਹੈ ਪੈਟਰੋਲ ਡੀਜ਼ਲ ਪਰ ਇਸ ਕਾਰਨ ਰੇਟ ਨਹੀਂ ਘਟਾਰੀਆਂ ਤੇਲ ਕੰਪਨੀਆਂ ਤਾਂ ਦੋਸਤੋ ਇਸ ਲਈ ਆਪੇ ਸਮੇਂ ਦੀਆਂ ਚੌਥੀਆਂ ਖਬਰਾਂ ਤੇ ਹੁਣ ਗੱਲਬਾਤ ਕਰਾਂਗੇ ਜੇ ਇਸ ਸਮੇਂ ਦੀ ਪਹਿਲੀ ਵੱਡੀ ਖਬਰ ਦੀ ਉਸ ਤੋਂ ਪਹਿਲਾਂ ਦੋਸਤੋ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਜੇ ਤੁਸੀਂ ਆਪਣੀ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਵੀ ਫੋਲੋ ਜ਼ਰੂਰ ਕਰ ਲਓ ਤੇ ਜੇ ਸਾਡੇ ਦੁਆਰਾ ਤੇ ਜੜ ਕੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਨਜ਼ਰ ਮਾਰਦੇ ਜ ਸਮੇਂ ਦੀ ਪਹਿਲੀ ਵੱਡੀ ਖਬਰ ਦੇ ਕੇ ਪੰਜਾਬ ਚ ਖਾਲਸਤਾਨ ਜਿੰਨਾਬਾਦ ਫੋਰਸ ਨੂੰ ਦੁਬਾਰਾ ਤਿਆਰ ਕਰਨ ਲਈ ਆਈਐਸਆਈ ਲੈ ਰਹੀ ਹੈ ਲਖਬੀਰ ਸਿੰਘ ਰੋਡੇ ਦੀ ਮਦਦ ਜਲੰਧਰ ਦੇ ਗੁਰਮੁਖ ਸਿੰਘ ਦੇ ਟਿਕਾਰਿਆਂ ਤੋਂ ਬ੍ਰਾਹਮਣ ਹੋਏ ਹਥਿਆਰ ਤੇ ਧਮਾਕੇਬਾਜ਼ ਮਗਰੀ ਨੂੰ ਭੇਜਣ ਪਿੱਛੇ ਪਾਕਿਸਤਾਨ ਵਿੱਚ ਬੈਠੇ ਲਖਬੀਰ ਸਿੰਘ ਰੋਡੇ ਦਾ ਨਾ ਚਾਚਾ ਦਾ ਵਿਸ਼ਾ ਬਣ ਗਿਆ ਪਾਕਿਸਤਾਨ ਤੋਂ ਆਈਐਸ ਖੇਪ ਦੀ ਬਰਾਮਦਗੀ ਤੋਂ ਬਾਅਦ ਖੂਫੀਆ ਏਜੰਸੀ ਹੋਰ ਵੀ ਚੌਕਸ ਹੋ ਗਈਆਂ ਨੇ ਹਾਲਾਂਕਿ ਖੂਫੀ ਏਜੰਸੀਆਂ ਨੇ ਪਹਿਲਾਂ ਹੀ ਕਿਸੇ ਨਾ ਕਿਸੇ ਜਰੀਏ ਪੰਜਾਬ ਦੇ ਹਾਲਾਤ ਵੰਗਾਰਨ ਦੇ ਇਨਪੁਟ ਦਿੱਤੇ ਹੋਏ ਨੇ ਪਰ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਲਾਹੌਰ ਵਿੱਚ ਬੈਠਾ ISY F ਇੰਟਰਨੈਸ਼ਨਲ ਸਿੱਖ ਫੋਰ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਲਖਬੀਰ ਸਿੰਘ ਰੋਡੇ ISFI ਦਾ ਮਦਦਗਾਰ ਬਣ ਕੇ ਪੰਜਾਬ ਵਿੱਚ ਖਾਲਸਾ ਜਿੰਦਾਬਾਦ ਫੋਰਸ ਨੂੰ ਦੁਬਾਰਾ ਤਿਆਰ ਕਰਨ ਵਿੱਚ ਲੱਗਿਆ ਹੋਇਆ ਹੈ पी ट्रिपल एसबी ਨੇ ਪਟਵਾਰੀ ਜ਼ਿਲ੍ਹਾਦਾਰ ਦੀਆਂ ਪ੍ਰੀਖਿਆਵਾਂ ਦੇ ਨਤੀਜਾ ਐਲਾਨੇ ਇੱਥੇ ਜਾਣ ਕਿਵੇਂ ਕਰ ਸਕਦੇ ਹੋ ਚੈੱਕ ਅੱਜ ਹੀ ਹਾਂ ਦੋਸਤੋ ਪੰਜਾਬ ਸਬਾਡੀਨੇਟ ਸਰਵਿਸਿਜ਼ ਲਖਣਪੁਰ ਨੇ ਪਟਵਾਰੀ ਜ਼ਿਲ੍ਹਾਦਾਰ ਅਤੇ ਇਗਰੇਸ਼ਨ ਬੁਕਿੰਗ ਕਲਰਕ ਦੀ ਲਿਖਤੀ ਪ੍ਰੀਖਿਆ ਜੋ 8 ਅਗਸਤ ਨੂੰ ਲੱਗੀ ਸੀ ਦਾ ਨਤੀਜਾ ਐਲਾਨ ਦਿੱਤਾ ਹੈ ਤੇ ਜਿਹੜੇ ਉਮੀਦਵਾਰ ਇਸ ਪ੍ਰੀਖਿਆ ਵਿੱਚ ਹਾਜ਼ਰ ਹੋਏ ਸਾਨੂੰ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਆ triple s b.punjab.gov.in ਤੇ ਜਾ ਕੇ ਆਪਣਾ ਰਿਜ਼ਲਟ ਜਿਹੜਾ ਚੈੱਕ ਕਰ ਸਕਦੇ ਹੋ ਉੱਥੇ ਜਿਹੜੀ ਸਾਰੀ ਰਿਜ਼ਲਟ ਦੀ ਡਿਟੇਲ ਪਾ ਦਿੱਤੀ ਗਈ ਹੈ 2025 ਤੱਕ ਪੂਰੇ ਦੇਸ਼ ਵਿੱਚ ਲੱਗਣਗੇ ਪ੍ਰੀपेड ਸਮਾਰਟ ਮੀਟਰ ਬਦਲ ਜਾਵੇਗਾ ਬਿਜਲੀ ਬਿੱਲ ਦੇ ਭੁਗਤਾਨ ਦਾ ਤਰੀਕਾ ਹੁਣ ਪੂਰੇ ਦੇਸ਼ ਵਿੱਚ ਹਰ ਘਰ ਵਿੱਚ ਸਮਾਰਟ ਮੀਟਰ ਲਾਏ ਜਾਣਗੇ ਇਸ ਨੂੰ ਲੈ ਕੇ ਸਰਕਾਰ ਨੇ ਸਮਾਂ ਹੱਦ ਵੀ ਤੈਅ ਕਰ ਦਿੱਤੀ ਹੈ ਬਿਜਲੀ ਮੰਤਰਾਲੇ ਨੇ ਕੁਝ ਦਿਨ ਪਹਿਲਾਂ ਹੀ ਸਰਕਾਰ ਦੇ ਸਾਰੇ ਕੇਂਦਰੀ ਮੰਤਰਾਲਿਆਂ ਨੂੰ ਇਹ ਮੈਂ ਇਸ ਬਾਬਤ ਸਲਾਹ ਦਿੱਤੀ ਸੀ ਕਿ ਉਹ ਆਪਣੇ ਪ੍ਰਸ਼ਾਸਨਿਕ ਕੰਟਰੋਲ ਵਾਲੇ ਸੰਗਠਨਾਂ ਨੂੰ ਪ੍ਰੀਪੇਡ ਸਮਾਰ ਮੀਟਰ ਲਾਉਣ ਦਾ ਨਿਰਦੇਸ਼ ਦੇਣਾ ਹੁਣ ਬਿਜਲੀ ਮਤਾਲੇ ਵੱਲੋਂ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਪ੍ਰੀਪੇਡ ਸਮਾਰ ਮੀਟਰ ਲੱਗਣ ਮਗਰੋਂ ਉਮੀਦ ਕੀਤੀ ਜਾ ਰਹੀ ਹੈ ਕਿ ਬਿਜਲੀ ਵੰਡ ਕੰਪਨੀਆਂ ਦੇ ਵਿੱਤੀ ਹਾਲਤ ਸੁਧਰੇਗੀ ਹੁਣ ਜੋ ਜੋ ਹੁਣ ਤੱਕ ਬਿਜਲੀ ਬਕਾਇਆ ਬਿੱਲ ਦੇ ਬੋਝ ਹੇਠਾਂ ਦੱਬੀਆਂ ਹੋਈਆਂ ਨੇ ਹਾਲਾਂਕਿ ਦੇਖਦੇ ਕਈ ਹਿੱਸਿਆਂ ਵਿੱਚ ਪ੍ਰੀਪੇਡ ਮੀਟਰ ਦਾ ਇਸਤੇਮਾਲ ਹੁੰਦਾ ਜਿਸ ਨੂੰ ਰੀਚਾਰਜ ਕਰਨਾ ਹੁੰਦਾ ਕਿਰਨ ਸਰਕਾਰ ਦੇ ਦਫ਼ਤਰਾਂ ਇੰਡਸਟਰੀਅਲ ਯੂਨਿਟਸ ਯੂਨਿਟਸ ਵਿੱਚ ਪ੍ਰੀਪੇਡ ਸਮਾਰਟ ਮੀਟਰ ਲੱਗਣ ਤੋਂ ਬਾਅਦ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਜਾਨੀ ਕਿ 2025 ਤੱਕ ਜਿਹੜੇ ਸਾਰੇ ਮੀਟਰ ਹੈ ਉਹ ਪ੍ਰੀਪੇਡ ਹੋ ਜਾਣਗੇ ਜਿੰਨਾ ਆਪਾਂ ਪੈਸਾ ਉਹਦੇ ਵਿੱਚ ਪਾਇਆ ਕਰਾਂਗੇ ਮੀਟਰ ਵਿੱਚ ਓਨੀ ਹੀ ਬਿੱਲ ਆਪਾਂ ਨੂੰ ਦਿਆ ਕਰਨਗੇ ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ਛਕ ਬੱਚਿਆਂ ਦੇ ਕਿਰਪਾਹਰ ਪਾਉਣ ਤੇ ਲੱਗੀ ਰੋਗ ਹਟਾਉਂਦਾ ਸਵਾਗਤ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਜ਼ ਦੇ ਇੱਕ ਸਕੂਲਾਂ ਵਿੱਚ ਸਿੱਖ ਬੱਚਿਆਂ ਨੇ ਕਿਰਪਾਨ ਪੌਂਦ ਤੇ ਲਗਾਈ ਰੋਗ ਹਟਾਉਣ ਦਾ ਬੀਬੀ ਜਾਗੀਰ ਕੌਰ ਨੇ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਜ਼ ਦੇ ਸਰਕਾਰੀ ਸਕੂਲਾਂ ਵਿੱਚ ਸਿੱਖ ਬੱਚਿਆਂ ਦੇ ਕਿਰਪਾਨ ਪੌਂਦ ਤੇ ਪਾਵਨਤੀ ਲਗਾਈ ਗਈ ਹੈ ਜਿਸ ਦਾ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਗਤਾਂ ਨੇ ਭਾਰੀ ਵਿਰੋਧ ਕੀਤਾ ਸੀ। ਬੀਬੀ ਜਾਗੀਰ ਕੌਰ ਨੇ ਕਿਹਾ ਕਿ ਕਕਾਰ ਸਿੱਖਾਂ ਦੇ ਜੀਵਨ ਦਾ ਅਹਿਮ ਨੇ ਅਤੇ ਅਣਖੜਵਾ ਅੰਗ ਨੇ ਅਤੇ ਜਸਤੇ ਪਾਵਨਤੀ ਲਗਾਉਣਾ ਬਰਦਾਸ਼ਤਯੋਗ ਨਹੀਂ ਹੋਣਾ। ਕਿਹਾ ਕਿ ਆਸਟ੍ਰੇਲੀਆ ਦੇ ਸਿੱਖ ਆਗੂਆਂ ਤੇ ਗੁਰਦੁਆਰਾ ਕਮੇਟੀਆਂ ਵੱਲੋਂ ਉਤੋਂ ਦੇ ਸਿੱਖਿਆ ਭਾਗ ਨਾਲ ਲਗਾਤਾਰ رابطہ ਕਰਕੇ ਸਮੱਸਿਆ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਸਨ ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਸਿੱਖਿਆ ਭਾਗ ਵਾਲੇ ਸਕੂਲਾਂ ਵਿੱਚ ਪੜ੍ਹਦੇ ਸਿੱਖ ਬੱਚੇ ਨੂੰ ਕਿਰਪਾ ਰਪਣ ਦੀ ਇਜਾਜ਼ਤ ਫਿਰ ਤੋਂ ਜਿਹੜੀ ਦੇ ਦਿੱਤੀ ਗਈ ਹੈ ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ 2964 ਬੇਜਮੀਨੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ 3.47 ਕਰੋੜ ਦੇ ਕਰਜ਼ਾ ਮਾਫੀ ਸਰਟੀਫਿਕੇਟ ਵੰਡੇ ਜੀहां ਦੋਸਤੋ ਹਲਕਾ ਗੱਲਬਾਤ ਇਕਲਦੀਪ ਸਿੰਘ ਵਿਧਾਇਕ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋ ਤੋਂ ਕਰਜ਼ਾ ਮਾਫੀ ਸਕੀਮ ਦੇ ਪੰਜਵੇਂ ਪੜਾਅ ਦੀ ਸ਼ੁਰੂਆਤ 2964 ਬੇਜਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ 3.47 ਕਰੋੜ ਰੁਪਏ ਦੇ ਕਰਜ਼ਾ ਮਾਫੀ ਸਰਟੀਫਿਕੇਟ ਵੰਡ ਕੇ ਕੀਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਰਦਾਰ ਵੈਦ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ਾ ਮਾਫ ਕਰਕੇ ਉਹਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਵਜਨ ਬਾੜਦੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਆਮਰਿੰਦਰ ਸਿੰਘ ਦੀ ਸੂਬੇ ਵਿੱਚ ਕਾਜਮਾਫੀ ਸਕੀਮ ਸ਼ੁਰੂ ਕਰਨ ਦੀ ਸੁਲਾਗਾ ਕੀਤੀ ਅਤੇ ਆਸ ਪ੍ਰਗਟਾਇਗੀ ਕੈਪਟਨ ਸਰਕਾਰ ਦਾ ਇਹ ਪਰ ਮੁੱਖ ਪ੍ਰੋਗਰਾਮ ਕਿਸਾਨ ਭਾਈ ਜਾਰੀ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਉੱਤ ਪ੍ਰੇਰਕ ਵਜੋਂ ਕੰਮ ਕਰੇਗਾ ਉਹਨਾਂ ਕਿਹਾ ਕਿ ਜਦੋਂ ਵੀ ਸੂਬੇ ਦੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਣਾ ਤਾਂ ਮੁੱਖ ਮੰਤਰੀ ਵੱਲੋਂ ਉਹਨਾਂ ਨੇ ਹੱਕ ਵਿੱਚ ਆਵਾਜ਼ بلند ਕੀਤੀ ਹੈ ਤੇ ਇਹ ਸਕੀਮ ਕੈਪਟਨ ਸਿੰਘ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਂਦੀ ਇਹ ਵਚਨਬੱਧਤਾ ਦਾ ਇੱਕ ਹਿੱਸਾ ਹੈ ਇਸ ਮੌਕੇ ਐਸ.ਜੀ.ਐਮ. ਬਨੀਤ ਸ਼ਰਮਾ ਅੰਜੂ ਬਾਲਾ ਰੰਜੀ ਸਿੰਘ ਮੰਗੜ ਪਰਮਜੀਤ ਸਿੰਘ ਅਤੇ ਹੋਰ ਹਾਜ਼ਰ ਸਨ ਭਾਰਤੀ ਫੌਜੀ ਜਹਾਜ਼ ਅਫਗਾਨਿਸਤਾਨ ਤੋਂ 250 ਵਿਅਕਤੀਆਂ ਨੂੰ ਲੈ ਕੇ ਅੱਜ ਪਹੁੰਚੇਗਾ ਭਾਰਤ ਅਫਗਾਨਿਸਤਾਨ ਵਿੱਚ ਤਾਲੇਬਾਨ ਕਬਜ਼ੇ ਤੋਂ ਬਾਅਦ ਕਾਬੁਲ 에어ਪੋਰਟ ਤੋਂ ਪਿਛਲੇ 6 ਦਿਨਾਂ ਤੋਂ ਅਫਰਾ ਫਰੀ ਮੱਚੀ ਹੋਈ ਹੈ ਸਾਰੇ ਦੇਸ਼ਾਂ ਆਪਣੇ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢ ਰਹੇ ਨੇ ਇਸ ਦਰਮਿਆਨ ਭਾਰਤੀ ਹਵਾਈ ਫੌਜ ਸ਼ੁਕਰਵਾਦ ਦੇ ਰਾਤ ਵੀ ਉਡਾਨ ਨਹੀਂ ਭਰ ਸਕਿਆ ਸੀ ਮੀਡੀਆ रिपोर्टर्स सर भारतीय हवाई फौज आज सी17 जहाज ਰਾਹੀਂ 250 ਤੋਂ ਵੱਧ ਲੋਕਾਂ ਨੂੰ ਲੈ ਕੇ ਉਡਾਣ ਭਰ ਸਕੇਗਾ ਤੇ ਦੁਪਹਿਰ ਬਾਅਦ ਭਾਰਤ ਪਹੁੰਚੇਗਾ ਤੇ ਨਾਲ ਹੀ ਛੇਤੀ ਇੱਕ ਹੋਰ ਫੌਜੀ ਜਹਾੜੇ ਭੇਜ ਕੇ ਬਚੇ ਹੋਏ ਲੋਕਾਂ ਨੂੰ ਕੱਢਣ ਦੀ ਤਿਆਰੀ ਕੀਤੀ ਗਈ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸ਼ੁੱਕਰਵਾਰ ਨੂੰ ਕਤਰ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮਾਮਲਿਆਂ ਦੀ ਮੰਤਰੀ शेख मोहम्मद बिन अब्दुल रहमान अली ਥਾਨੀ ਨਾਲ ਮੁਲਾਕਾਤ ਕੀਤੀ ਤੇ ਅਫਗਾਨਿਸਤਾਨ ਸੰਬੰਧੀ ਚਰਚਾ ਕੀਤੀ ਡਾਕਟਰ ਜੈ ਸ਼ੰਕਰ ਨੇ ਟਵੀਟ ਕੀਤਾ ਕਤਰ ਦੇ ਉਪ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਮੁੱਖ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁੱਲ ਰਹਿਮਾਨ ਅਲੀ ਥਾਲੀ ਨਾਲ ਵੱਡੀ ਮੁਲਾਕਾਤ ਕੀਤੀ ਹੈ। ਸਰਕਾਰੀ ਕਾਲਜਾਂ ਵਿੱਚ ਦਾਖਲੇ ਦੇ ਇੱਛੁਕ ਵਿਦਿਆਰਥੀਆਂ ਲਈ ਖੁਸ਼ਖਬਰੀ ਪੰਜਾਬ ਸਰਕਾਰ ਨੇ ਦਿੱਤੀ ਇਹ ਰਾਹਤ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਾਚੂਅਲ ਤੌਰ ਤੇ ਰਾਜ ਪੱਧਰ ਇਕਕ੍ਰਿਤ ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਲੋਕਾਂ ਨੂੰ ਸਮੂਹ ਸਿਵਹਾਨ ਨਰਵੇਗੰਤਰੀ ਕੇਂਦਰ ਨਾਲ ਪਰਦਾਨ ਕਰਨ ਤੋਂ ਇਲਾਵਾ ਇਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਰਾਜ ਸਿੱਧਾ ਦਾਖਲਾ ਪੋਰਟਲ ਵਿੱਚ ਵਿਸਤਾਰ ਕਰਦੇ ਹੋਏ ਇਸ ਨੂੰ 31 ਅਗਸਤ 2021 ਤੱਕ ਦਾ ਵਾਅਦਾ ਦਿੱਤਾ ਗਿਆ ਜਿਸ ਨਾਲ ਸੂਬੇ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਦੇਸ਼ ਵਿੱਚ 24 ਘੰਟਿਆਂ ਵਿੱਚ 34000 ਨਵੇਂ ਕੇਸ ਆਏ ਸਾਹਮਣੇ 375 ਮੇਜਰ ਦੀ ਹੋਈ ਮੌਤ ਭਾਰਤ ਵਿੱਚ ਕਰੋਨਾ ਸੰਕਰਮਣ ਦੇ ਮਾਮਲੇ ਵਿੱਚ ਕਮੀ ਆਈ ਹੈ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 34457 ਨਵੇਂ ਕੇਸ ਸਾਹਮਣੇ ਆਏ ਇਸ ਦੌਰਾਨ 375 ਕਰੋਨਾ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ ਨਾਲ ਹੀ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਘਟ ਗਈ ਹੈ ਕਿਸਾਨਾਂ ਵੱਲੋਂ ਪੂਰੇ ਪੰਜਾਬ ਵਿੱਚ ਚੱਕਾ ਜਾਮ ਕਰਨ ਦੀ ਚੇਤਾਵਨੀ ਸਰਕਾਰ ਨੂੰ ਦਿੱਤਾ ਗੱਲਬਾਤ ਦਾ ਸੱਦਾ ਗੰਨੇ ਦੀ ਕੀਮਤ ਵਿੱਚ ਵਾਅਦਾ ਅਤੇ ਬਕਾਇਆ ਰਾਸ਼ੀ ਲੈ ਲੈ ਪੰਜਾਬ ਸਰਕਾਰ ਖਿਲਾਫ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਤੇ ਲੱਗੇ ਧਰਨੇ ਨੂੰ ਅੱਜ ਦੂਜਾ ਦਿਨ ਹੈ ਤੇ ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਮੰਗਲਵਾਰ ਸਵੇਰੇ 10:00 ਵਜੇ ਤੱਕ ਜੇਕਰ ਕੈਪਟ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਵਿੱਚ ਹਾਈਵੇ ਜਾਮ ਕਰ ਦਿੱਤੇ ਜਾਣਗੇ ਇਸਦੀ ਜਾਣਕਾਰੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਲੀਡਰ ਮਨਜੀਤ ਸਿੰਘ ਰਾਏ ਵੱਲੋਂ ਦਿੱਤੀ ਗਈ ਹੈ ਸੋ ਇਲਾਵਾ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਆ ਧਰਨੇ ਤੋਂ ਡਰਦੀ ਦਿਖਾਈ ਦੇ ਰਹੀ ਐਸ ਦਿਨ ਨਾਲ ਹੀ ਕੈਪਟਨ ਇਸ ਦੇ ਲਈ ਐਤਵਾਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਿਸਾਨਾਂ ਨੂੰ ਮੀਟਿੰਗ ਲਈ ਸਰਕਾਰ ਨੇ ਬੁਲਾਇਆ ਹੈ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਅਸੀਂ ਮੀਟਿੰਗ ਵਿੱਚ ਆਪਣੀ ਇੱਕੋ ਮੰਗ ਤੇ ਹੀ ਡਟੇ ਰਹਾਂਗੇ ਕਿ 400 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭਾਅ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਮੰਗਾਂ ਨਾ ਮੰਨਿਆ ਤਾਂ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਪੰਜਾਬ ਭਵਨ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਫਿਲਹਾਲ ਤਨੋਵਾਲੀ ਰੇਲਵੇ ਫਾਟ ਕਰ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਪੂਰਨ ਤੌਰ ਤੇ ਬੰਦ ਰਹੇਗਾ ਪੰਜਾਬ ਸਰਕਾਰ ਵੱਲੋਂ ਸ਼ਹੀਦ ਲਾਪਰੇਸ ਸਿੰਘ ਦੇ ਪਰਿਵਾਰ ਲਈ 50 ਲੱਖ ਐਕਸਗ੍ਰੇਸ਼ੀਆ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਡਿਊਟੀ ਦੇ ਦੌਰਾਨ ਆਪਣੀ ਜਾਨ ਦੇਣ ਵਾਲੇ ਸਿਪਾਹੀ ਲਾਪਰੇਸ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਦੇ ਐਕਸਗ੍ਰੇਸ਼ੀਆ ਮੁਆਵਜ਼ੇ ਦਾ ਐਲਾਨ ਕੀਤਾ ਬਹਾਦਰ ਫੌਜੀ ਗਸ਼ਤ ਦੌਰਾਨ ਆਪਣਾ ਸੰਤੁਲਨ ਗਵਾਉਣ ਕਰਕੇ 20 ਅਗਸਤ ਨੂੰ ਜੰਮੂ ਕਸ਼ਮੀਰ ਦੇ ਸੂਰਨਕੋਟ ਪੁਛ ਸੈਕਟਰ ਵਿੱਚ ਡੂੰਗੀ ਖਾੜ ਵਿੱਚ ਡਿੱਗ ਗਿਆ ਸੀ ਗੋਤਮ ਅਡਾਨ ਨੂੰ ਲੱਗਿਆ ਝੜਕਾ ਸੇਬੀ ਨੇ ਅਡਾਨੀ ਦੀ ਇਸ ਕੰਪਨੀ ਦੇ ਆਈਪੀਓ ਤੇ ਲਗਾਈ ਪਾਬੰਦੀ ਜਾਣਕੀ ਹੈ ਕਾਰਨ ਅਡਾਨੀ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਵਿਲਮਾਰ ਲਟੀਡੀ ਦੇ ਆਈਪੀਓ ਨੂੰ ਅਜੇ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਕੰਪਨੀ ਨੇ ਇਸ ਮਹੀਨੇ ਇਸ ਆਈਪੀਓ ਦੇ ਲਈ ਮਾਰਕੀਟ ਰੈਗੂਲੇਟਰ ਸੇਬੀ ਨੂੰ ਅਰਜੀ ਦਿੱਤੀ ਸੀ ਪਰ ਫਿਲਹਾਲ ਇਸ ਦੀ ਮਨਜ਼ੂਰੀ ਰੋਕ ਦਿੱਤੀ ਗਈ ਹੈ ਦੇਸ਼ ਦੇ ਸਭ ਤੋਂ ਵੱਡੇ ਖਾਣ ਵਾਲੇ ਤੇਲ ਬਰਾਨਾਂ ਵਿੱਚੋਂ ਇੱਕ ਫੋਰਚੂਨ ਦੇ ਮਾਲਕ ਅਡਾਨੀ ਵਿਲੇਮਾਰ ਐਲਟੀਡੀ ਨੇ 2 ਅਗਸਤ ਨੂੰ SEBI ਕੋਲ IPO ਲਈ ਅੱਜ ਦਿੱਤੀ ਸੀ ਕੰਪਨੀ ਦਾ ਇਹ IPO ਲਗਭਗ 4500 ਕਰੋੜ ਰੁਪਏ ਦਾ ਹੈ ਤੇ ਇਸ ਵਿੱਚ ਇਸ FMCG ਕੰਪਨੀ ਦੇ ਨਵੇਂ ਸ਼ੇਅਰ ਜਾਰੀ ਕੀਤੇ ਨੇ ਤਾਂ ਇਸ ਤੋਂ ਇਲਾਵਾ IPO ਵਿੱਚ ਕੰਪਨੀ ਵੱਲੋਂ ਕੋਈ ਹੋਰ پیشਕਰਸ਼ਨ ਨਹੀਂ ਕੀਤੀ ਗਈ ਅਤੇ ਹੁਣ ਸੇਬੀ ਦੇ ਰੋਕ ਕਿਉਂ ਲਗਾਈ ਗਈ ਹੈ ਇਸ ਬਾਰੇ ਤੁਹਾਨੂੰ ਦੱਸ ਦਿੰਨੇ ਕਿ ਸੇਬੀ ਦੀ ਵੈਬਸਾਈਟ ਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਅਡਾਨੀ ਵਿਲਮਾਰ ਲਾਏ ਐਲਟੀਡੀ ਦੇ ਆਈਪੀਓ ਨੂੰ ਐਬੀਐਂਸ ਭਾਵ ਹੋਲਡ ਤੇ ਰੱਖਿਆ ਗਿਆ ਹੈ ਤੇ ਹਾਲਾਂਕਿ ਸੇਬੀ ਨੇ ਅਜਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਪਰ ਮੀਡੀਆ ਰਿਪੋਰਟਰਾਂ ਵਿੱਚ ਕਿਹਾ ਗਿਆ ਕਿ ਫਾਰਚੂਨ ਬ੍ਰਾਂਡ ਦਾ ਮਾਲਕ ਅਡਾਨੀ ਵਿਲਮਾਰ ਐਲਟੀਡੀ ਹੈ ਤੇ ਵਰਤਮਾਨ ਵਿੱਚ ਆਈਪੀਓ ਨੂੰ ਮਨਜ਼ੂਰੀ ਦੇਣ ਤੇ ਇਹ ਪਾਵਰ ਇਸ ਮੋਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਸ ਦੇ ਖਿਲਾਫ ਚੱਲ ਰਹੀ ਜਾਂਚ ਦੇ ਕਾਰਨ ਲਗਾਈ ਗਈ ਹੈ ਦੋਰਪੇ ਤੱਕ ਸਸਤਾ ਹੋ ਸਕਦਾ ਹੈ ਪੈਟਰੋਲ ਡੀਜ਼ਲ ਪਰ ਇਸ ਕਾਰਨ ਰੇਟ ਨਹੀਂ ਘਟਾਰੀਆਂ ਤੇਲ ਕੰਪਨੀ ਜੀਹਾਂ ਦੋਸਤੋ ਖਬਰ ਬਹੁਤ ਧਿਆਨ ਨਾਲ ਸੁਣਨ ਵਾਲੀ ਹੈ ਜੀ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੇ ਦਿਨ ਕਮੀ ਹੋਣ ਤੋਂ ਬਾਅਦ ਸਨੇਚਰ ਵਾਰ ਨੂੰ ਕੋਈ ਬਦਲਾਅ ਨਹੀਂ ਹੋਇਆ ਹਾਲਾਂਕਿ ਜਿਵੇਂ ਜਿਵੇਂ ਕ੍ਰਿਊਡ ਆਇਲ ਸਸਤਾ ਹੋ ਰਿਹਾ ਓਵੇਂ ਮੇਂ ਤੇਲ ਦੀਆਂ ਕੀਮਤਾਂ ਘਟ ਹੋਣੀਆਂ ਚਾਹੀਦੀਆਂ ਨੇ ਪਰ ਤੇਲ ਕੰਪਨੀ ਅਜੇ ਰੇਟ ਨਹੀਂ ਘਟਾਰੀਆਂ ਰਾਜਧਾਨੀ ਦਿੱਲੀ ਵਿੱਚ ਡੀਜ਼ਲ ਜਿਹੜਾ ਹੈਗਾ ਜੀ 99 ਰੁਪਏ 27 ਪੈਸੇ ਪ੍ਰਤੀ ਲੀਟਰ ਤੇ ਵਿਕ ਰਿਹਾ ਹੈ ਤੇ ਪੈਟਰੋਲ ਦੀ ਕੀਮਤ 100 ਰੁਪਏ 84 ਪੈਸੇ ਪ੍ਰਤੀ ਲੀਟਰ ਤੇ ਮੋਬਾਈਲ ਵਾਜਾ ਡੀਜ਼ਲ ਦੀ ਕੀਮਤ 96 ਰੁਪਏ 84 ਪੈਸੇ ਪ੍ਰਤੀ ਲੀਟਰ ਹੈ ਤੇ ਜਰ ਕੀ ਪੈਟਰੋਲ 107 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਇੱਕ ਗਲੋਬਲ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਹੈ ਤੇ ਇੰਟਰ ਕਟਨੈਟਲ ਐਕਸਚੇਂਜ ਤੇ ਬ੍ਰੈਟ ਕੱਚੇ ਤੇਲ ਦਾ ਅਕਤੂਬਰ ਦਾ ਇਕਰਾਰਨਾਮਾ 68.72 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਕਾਰਾ ਸੀ ਜਾਰੀ ਕੀ ਜੇ ਕੱਚਾ ਤੇਲ ਇਹਨੇ ਰਪੇ ਸਸਤਾ ਮਿਲ ਰਿਹਾ ਤਾਂ ਜਿਹੜੇ ਪੈਟਰੋਲ ਤੇ ਡੀਜ਼ਲ ਜਿਹੜੇ 2-2 ਰੁਪਏ ਤੱਕ ਸਸਤੇ ਹੋ ਸਕਦੇ ਨੇ ਪਰ ਹਾਲੇ ਤੱਕ ਸਰਕਾਰਾਂ ਜਿਹੜੀਆਂ ਇਹ ਤੇਲ ਦੇ ਰੇਟ ਨਹੀਂ ਘਟਾਰੀਆਂ ਨੇ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਵਡੀਆਂ ਖਬਰਾਂ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨਾਲ ਹੀ ਜੇ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਤਾਂ ਆਪਣੀ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਇਸ ਖਬਰਾਂ ਨੂੰ ਪਚਾਦਿਆ ਕਰੋ ਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਅਗਲੇ ਦਿਨ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੁੰਦ ਲਈ ਇਨਾਈ ਧੰਨਵਾਦ ਸਤਿ ਸ਼੍ਰੀ ਅਕਾਲ